मैं नाही कछ हो नहीं कछ आए न मोरा अवसर लज्जा राख ले सदना जन तोरा। भगत सदना जी भगती काल दे दौर दे च ही सिंध प्रांत हाल पाकिस्तान दे च पैदा होए। पेशे तो आप कसाई सन, रोज बकरे वड़ के उना दा मास वेचना नित दा धंधा से। इतनी कठोर किरत ने कीर्ति करन ते किवें मजबूर कीता, इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्होंने मास दी मंग कीती थोड़े जिहा, शेर दो शेर। ते सदना सोची पै गया जे बकरा मैं वड्या ते बाकी दा मास बेकार जाएगा सवेरे तक। उन्हें बकरे दी पिछली एक लत वड्डण दी सोची ते भाई बाकी इसनूं सवेरे जबा करांगे। छुरा लेके जैसे बकरे दी लत वड्डण वास्ते गया, इसे ही कठोरता दे चों दया उत्पन्न हुई। इसे ही महान पत्थर दिल भावना दे चों भक्ति भावना दा संगीत फुटिया। जमीर दी आवाज ये सारी रात तड़पेगा। बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा, अज तो मैं अपने अहंकार नूं ते कठोर नूं वड़ना है, अज तो मैं अपने विकारां नूं जबा करना है, अज तो मैं अपने पापां ते गुनाहां नूं जबा करना है, मैं इस तरीके नाल धंधा बदल लिया। कदी विचार करिए, भगत भी कसाई ने पर वो अपने विकारां नूं वड़दे ने, औगुणां नूं वड़दे ने, पापां नूं वड़दे ने। ते जो अपने पापां नूं जबा करन विच असमर्थ होया, जो अपने औगुणां नूं जबा करन विच असमर्थ होया, कुदरती गल है वो बाहर कतलो गारत करदा है, वो बाहर मार कुटाई करदा है। अपने आप नूं जबा करन लई एक विशेष किस्म दी छुरी चाहीदी है, जो विशेष किस्म दे लोहे नाल बनी हुई है, जिसका जिक्र पहले बादशाह गुरु नानक देव जी महाराज करते ने। सच की काती सच सब सार, घाड़त तिसकी अपर अपार। साहिब गुरु नानक देव जी महाराज किसी शेख कसाई नु मुखातब होके ये शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनूं पाण धार लगी हुई होवे, सच की काती सच सब सार, सारे दा सहारा लोहा सच दा होवे, उहदी धार सच दी होवे,
ਛੁਰਾ ਸੱਚ ਦਾ ਹੋਵੇ ਤੇ ਐਸਾ ਛੁਰਾ ਜੇ ਚਲਾਈਏ ਆਪਣੇ ਵਿਕਾਰਾਂ ਤੇ, ਐਸਾ ਛੁਰਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰਿਆ ਹੋਇਆ। ਤੋ ਸਾਹਿਬ ਕਹਿੰਦੇ ਤਿਸਕਾ ਕੁੱਠਾ ਹੋਵੇ ਸੇਖ, ਲਹੂ ਲਭ ਨਿਖੱਥਾ ਵੇਖ। ਅਗਰ ਇਸ ਛੁਰੇ ਦਾ ਕੁੱਠਿਆ ਹੋਇਆ ਇਹ ਮਨ ਹੋਵੇ ਤਾਂ ਫਿਰ ਮਨ ਵਿੱਚੋਂ ਸਾਰਾ ਲਹੂ ਨਿਕਲ ਜਾਏਗਾ। ਕਿਹੜਾ? ਲੋਭ ਦਾ, ਵਿਕਾਰ ਦਾ, ਦੁਸ਼ਟਪਣੇ ਦਾ, ਵੈਰ ਵਿਰੋਧ ਦਾ। ਕਿਸੇ ਹੱਦ ਤੱਕ ਇਹ ਸਹੀ ਹੈ ਕਿ ਜੋ ਆਪਣੇ ਮਨ ਨੂੰ ਜ਼ਬਾਹ ਕਰਨ ਵਿੱਚ ਅਸਮਰਥ ਹੋਏ ਨੇ ਉਹ ਬਾਹਰ ਜ਼ਬਾਹ ਕਰਨ ਦਾ ਕੰਮ ਕਰਦੇ ਨੇ। ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ ਉਹ ਦੁਨੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ ਉਹ ਦੁਸ਼ਟ ਹੈ, ਜ਼ਾਲਮ ਹੈ, ਪਾਪੀ ਹੈ। ਪਰ ਕੋਈ ਆਪਣੇ ਮਨ ਨੂੰ, ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ, ਉਹ ਭਗਤ ਹੈ, ਪੂਜਨੀਕ ਹੈ, ਪੁਨੀਤ ਆਤਮਾ ਹੈ। ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਵਿੱਚ ਪੈਦਾ ਹੋਈ ਜਿਸ ਦਾ ਨਾਮ ਹੈ ਭਗਤ ਸਦਨਾ। ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਭਗਤ ਐਸੇ ਨੇ ਜੋ ਮੁਸਲਮਾਨ ਨੇ, ਬਾਬਾ ਫਰੀਦ, ਸਦਨਾ, ਸੈਨ, ਬੇਖਨ ਇਤਿਆਦਿ। ਇਹ ਭਗਤ ਮੁਸਲਮਾਨ ਘਰਾਣਿਆਂ ਨਾਲ ਸੰਬੰਧ ਰੱਖਦੇ ਨੇ, ਲੇਕਿਨ ਜਦ ਖੁਦਾ ਦਾ ਨੂਰ ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ ਹੈ, ਕੌਣ ਹਿੰਦੂ, ਕੌਣ ਮੁਸਲਮਾਨ, ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪ੍ਰਾਨ। ਇਹ ਸਰੀਰ ਅੱਲਾ ਦਾ ਹੈ, ਇਹ ਪ੍ਰਾਨ ਰਾਮ ਦੇ ਨੇ। ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਵਿੱਚ, ਰਾਮ ਦੇ ਗੀਤ ਗਾਣ ਵਿੱਚ ਸੰਕੋਚ ਨਹੀਂ ਕਰੇਗਾ। ਇਹ ਸਾਰੇ ਭਗਤ ਬੜੇ ਫਰਾਗ ਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ। ਔਰ ਇਹਨਾਂ ਭਗਤਾਂ ਵਿੱਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦਾ ਇੱਕ ਬੜਾ ਹੀ ਪਾਵਨ ਤੇ ਫਿਲਸਫੇ ਨਾਲ ਪੂਰਵ ਇੱਕ ਸ਼ਬਦ ਹੈ, ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਸਾਡੇ ਦੇਸ਼ ਵਿੱਚ ਕਰਮ ਸਿਧਾਂਤ ਦੀ ਬੜੀ ਚਰਚਾ ਹੈ ਔਰ ਆਖਿਆ ਸਭ ਕੁਛ ਕਰਮਾਂ ਤੇ ਹੀ ਨਿਬੜਦਾ ਹੈ। ਜੈਸੇ ਕੋਈ ਕਰਮ ਕਰਦਾ ਹੈ ਵੈਸੇ ਕੋਈ ਉਹਦਾ ਫਲ ਭੋਗਦਾ ਹੈ। ਭੋਗੇ ਬਿਨਾਂ ਕਰਮ ਨਾਸ਼ ਨਹੀਂ ਆਉਂਦੇ। ਭਾਰਤ ਦਾ ਧਾਰਮਿਕ ਚਿੰਤਨ, ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ, ਜੇ ਕਰਮ ਕੁਛ ਹੋਇਆ ਤੇ ਭੋਗੇ ਬਿਨਾਂ ਉਸਨੇ ਨੱਸਣਾ ਨਹੀਂ, ਜੇ ਕਰਮ ਕੁਛ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਉਣਾ ਹੀ ਪਏਗਾ। ਭਗਤ ਸਦਨਾ ਜੀ ਤੋਂ ਕਿਉਂਕਿ ਕੁਛ ਕਰਮ ਐਸੇ ਹੋਏ ਨੇ, ਕਸਾਈ ਸਨ, ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ, ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ, ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ, ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ, ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ।
ਤੋ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ, ਤਉ ਗੁਣ ਕਹਾ ਜਗਤ ਬੁਰਾ, ਹੇ ਜਗਤ ਦੇ ਗੁਰੂ, ਹੇ ਜਗਤ ਨੂੰ ਪ੍ਰੇਰਨਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ, ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦਿਆਂ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ, ਤੇਰੇ ਵਿੱਚ ਗੁਣ ਕੀ ਹੈ? ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ, ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ? ਤਉ ਗੁਣ ਕਹਾ ਜਗਤ ਬੁਰਾ, ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕਤ ਜਾਈਏ, ਜੋ ਜਮ ਪੁਗ ਗ੍ਰਾਸੇ। ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ, ਗਿੱਦੜ ਝਪਟਾ ਮਾਰ ਕੇ ਨਾਸ਼ ਕਰ ਦੇਵੇ, ਤਾਂ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ? ਪ੍ਰਭੂ ਦੀ ਸ਼ਰਨ ਵਿੱਚ ਜਾਈਏ, ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ, ਤਾਂ ਫਿਰ ਬੰਦਗੀ ਦਾ ਫਲ ਕੀ ਹੈ? ਇਬਾਦਤ ਦਾ ਫਲ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਲਖ ਮੜੀਆ ਕਰ ਇਕੱਠੇ, ਏਕ ਰਤੀਲੇ ਭਾਏ ਲੋਕਾ ਮਤ ਕੋ ਫੱਕੜ ਪਾਏ। ਲਖ ਮੜੀਆ ਕਰ ਇਕੱਠੇ, ਏਕ ਰਤੀਲੇ ਭਾਏ। ਇਹ ਬੰਦੇ ਮਤਾਂ ਕਿਧਰੇ ਭੁਲੇ ਖਿੱਚ ਤੋਂ ਪੈ, ਲੱਖਾਂ ਮਣ ਲੱਕੜੀਆਂ ਇੱਕ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ। ਰੰਚਕ ਮਾਤਰ ਨਾਮ ਦਾ ਜਾ, ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ, ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ, ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ, ਸਵਾਹ ਕਰ ਦਿੰਦਾ ਹੈ। ਇਹ ਨਾਮ ਦੀ ਬਰਕਤ ਹੈ, ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ, ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ, ਨਿਰਪ ਕਨਿਆ ਕੇ ਕਾਰਨੇ, ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ, ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ, ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ, ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ, ਪ੍ਰਭੂ ਦੇ ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ, ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ, ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਭਕਨਿਆ ਕੇ ਕਾਰਨੇ, ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਤਉ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ, ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ। ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ,
ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਜ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ, ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋਈ ਹੈ। ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ ਕਿਹੜੇ ਕੰਮ ਨੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ। ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਤ ਕਰ ਦਿੰਦਾ ਹੈ, ਮੈਲਾ ਕਰ ਦਿੰਦਾ ਹੈ। ਇਹ ਤੇ ਤਤ ਛਿੰਨ ਫਲ ਹੈ, ਪ੍ਰਭੂ ਦੇ ਦਰਬਾਰ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ, ਬਈ ਹੁਣ ਮੇਰੇ ਪ੍ਰਾਣ ਟੁੱਟਣ ਲੱਗੇ ਨੇ, ਸਵਾਸ ਟੁੱਟਣ ਲੱਗੇ ਨੇ, ਤੇ ਤੂੰ ਬੋਣੇ ਨਾ, ਤੂੰ ਮਦਦਗਾਰ ਨਾ ਆਵੇਂ, ਤੂੰ ਸਹਾਇਕ ਨਾ ਆਵੇਂ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ, ਬੂਡ ਮੂਏ ਨੌਕਾ ਮਿਲੇ ਕਹੋ ਕਾਹੇ ਚੜ੍ਹਾਉ, ਡੁੱਬ ਗਿਆ ਮੈਂ। ਤੇ ਹੁਣ ਤੂੰ ਨੌਕਾ ਭੇਜੀ ਹੈ, ਦੱਸ ਹੁਣ ਕੌਣ ਬੈਠੇਗਾ ਉਸ ਨੌਕਾ ਤੇ, ਡੁੱਬ ਗਿਆ ਗਲਾ ਦੇ, ਗਰਕ ਹੋਣ ਵਾਲਾ ਗਰਕ ਹੋ ਗਿਆ, ਹੁਣ ਨੌਕਾ ਕਿਹੜੇ ਕੰਮ ਦੀ। ਦਰਅਸਲ ਵਕਤ ਸਿਰ ਪ੍ਰਭੂ ਬੋੜਦਾ ਹੈ, ਵਕਤ ਸਿਰ ਹੀ ਉਹ ਸਹਾਇਕ ਹੁੰਦਾ ਹੈ। ਔਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ, ਜੋ ਹਰੀ ਨਾਲ ਜੁੜੇ ਹੋਏ ਨੇ, ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚਨਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛੱਡਦਾ ਹੈ, ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ ਹੈ। ਔਰ ਐਸਾ ਭਗਤਾਂ ਦਾ ਅਨੁਭਵ ਹੈ, ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ
ਕਿ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਹੈ, ਉਹ ਵੀ ਹੋ ਜਾਂਦਾ ਹੈ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਪ੍ਰਾਣ ਗਏ ਸਾਗਰ ਮਿਲੇ, ਹੁਣ ਕਾਮ ਨਾ ਆਵੇ, ਯਾ ਡੂਬ ਮੁਏ ਨੌਕਾ ਮਿਲੇ ਕੌ ਕਾਏ ਚੜਾਉ। ਮਰ ਗਏ, ਡੁੱਬ ਗਏ, ਹੁਣ ਨੌਕਾ ਮਿਲੀ ਤੇ ਕਿਹੜੇ ਕੰਮ ਦੀ। ਅਖੀਰ ਵਿੱਚ ਆਪ ਕਹਿੰਦੇ ਨੇ, ਮੈਂ ਨਾਹੀਂ ਕਛ ਹੋ ਨਹੀਂ, ਕਛ ਆਏ ਨਾ ਮੋਰਾ, ਅਵਸਰ ਲੱਜਾ ਰਾਖ ਲੇ ਸਦਨਾ ਜਨ ਤੋਰਾ। ਹੇ ਪ੍ਰਭੂ, ਸਮੇਂ ਸਿਰ ਲੱਜਾ ਰੱਖ ਲੈ। ਵਾਕਈ ਭਗਤਾਂ ਨੂੰ ਤੇ ਪਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਹੈ, ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਹੈ। ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਹੇ ਪ੍ਰਭੂ ਤੂੰ ਹੀ ਮੇਰੀ ਲੱਜਾ ਰੱਖ, ਤੂੰ ਹੀ ਮੇਰੀ ਲੱਜ ਦੀ ਪਾਲ ਕਰ। ਤੋ ਸ੍ਰੀ ਸਦਨਾ ਜੀ ਕਹਿੰਦੇ ਨੇ, ਸਮੇਂ ਸਿਰ ਮੇਰੀ ਲੱਜਾ ਰੱਖ, ਸਮੇਂ ਸਿਰ ਮੇਰਾ ਕੰਮ ਕਰ, ਵਕਤ ਸਿਰ ਮੇਰਾ ਕੰਮ ਕਰ, ਸਾਰੀ ਰਾਤ ਮੈਂ ਤੜਪਦਾ ਰਹਾਂ ਰੋਸ਼ਨੀ ਲਈ, ਘਰ ਵਿੱਚ ਮੇਰੇ ਚਾਨਣਾ ਹੋਵੇ, ਦੀਵਾ ਜਲੇ ਤੇ ਦੀਵਾ ਨਾ ਮੁਯੱਸਰ ਹੋਵੇ, ਤੇਲ ਨਾ ਮਿਲ ਸਕੇ, ਦੀਵਾ ਨਾ ਮਿਲ ਸਕੇ, ਤੇ ਸਵੇਰੇ ਸੂਰਜ ਚੜਿਆ ਤੇ ਤੂੰ ਦੀਵਾ ਦੇਵੇਂ, ਕਿਹੜੇ ਕੰਮ ਦਾ, ਉਹ ਮੇਰੇ ਕਿਸ ਕੰਮ ਦਾ। ਦਰਅਸਲ ਵਕਤ ਸਿਰ ਜੋ ਮਦਦ ਹੈ ਉਹੀ ਮਦਦ ਹੈ, ਬੇਵਕਤੀ ਮਦਦ ਬੇਮੈਨੀ ਹੋ ਜਾਂਦੀ ਹੈ। ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ, ਕਿ ਉਹਦੇ ਘਰ ਵਿੱਚ ਦੇਰ ਹੈ, ਅੰਧੇਰ ਨਹੀਂ, ਦਰਅਸਲੇ ਬੇਮੈਨੀ ਨੇ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੋ ਗਿਆ। ਭਗਤ ਸਦਨਾ ਜੀ ਦੇ ਇਸ ਸ਼ਬਦ ਵਿੱਚ ਇਸ ਤਰ੍ਹਾਂ ਦੇ ਭਾਵ ਪ੍ਰਗਟ ਹੋ ਰਹੇ ਨੇ, ਔਰ ਆਪ ਸਾਫ ਕਹਿ ਰਹੇ ਨੇ ਕਿ ਹੇ ਪ੍ਰਭੂ, ਜੇ ਕਰਮ ਸਿਧਾਂਤ ਮੇਰੇ ਤੇ ਲਾਗੂ ਹੋਇਆ ਤੇ ਵਾਕਈ ਮੈਂ ਕਰਮਾਂ ਦੀ ਮਾਰ ਭੋਗਣੀ ਹੈ, ਤਾਂ ਫਿਰ ਮੈਂ ਸਮਝਾਂਗਾ ਤੇਰੇ ਚ ਗੁਣ ਕੀ ਹੈ। ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ। ਭਾਰਤ ਦਾ ਸਾਰੇ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਤੇ ਖੜਾ ਹੈ। ਪਰ ਥੋੜਾ ਜਿਹਾ ਸੋਚੀਏ, ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸਨ? ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ, ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ। ਤਾਂ ਸਵਾਲ ਪੈਦਾ ਹੁੰਦਾ, ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ? ਇਹ ਤੇ ਸਵਾਲ ਐਸਾ ਹੋਇਆ, ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ? ਆਖਿਰ ਗੱਲ ਇੱਥੇ ਹੀ ਆਉਂਦੀ ਹੈ। ਨਹੀਂ ਪ੍ਰਭੂ, ਇੱਕ ਤੇਰੀ ਲੀਲਾ ਹੈ, ਇੱਕ ਤੇਰਾ ਖੇਲ ਹੈ। ਨਾ ਕਰਮ ਪਹਿਲੇ, ਨਾ ਮਨੁੱਖ ਪਹਿਲੇ, ਜੈਸੇ ਤੂੰ ਚਾਹਿਆ ਵੈਸਾ ਜੋ ਹੈ ਸੰਸਾਰ ਸਾਜ ਦਿੱਤਾ ਹੈ ਖੇਲ, ਤੇ ਇਸ ਤੋਂ ਬਾਅਦ ਤੂੰ ਕੁਛ ਵਿਧਾਨ ਬਣਾਇਆ, ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੌਜ, ਤੇਰੀ ਇੱਕ ਮਸਤੀ। ਅਗਰ ਕੋਈ ਭਗਤ ਪ੍ਰਾਰਥਨਾ ਕਰੇ, ਨਿਮਰਤਾ ਸਹਿਤ ਜੋਦੜੀਆਂ ਕਰੇ, ਤੇ ਤੂੰ ਉਸਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇਣਾ, ਛਿੰਨ ਦੇ ਚ ਉਸਨੂੰ ਚੈਨ ਦੇ ਦੇਣਾ, ਛਿੰਨ ਦੇ ਚ ਉਸਨੂੰ ਸ਼ਾਂਤੀ ਦੇ ਦੇਣਾ। ਤੋ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ, ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ।
ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਚ ਅਨੇਕ ਵਿਅਕਤੀ ਬੈਠੇ ਹੋਣ। ਇੱਕੋ ਹੀ ਹੈ, ਇਹਦੇ ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਨੇ। ਇਹ ਭਗਤ ਵੱਖ ਵੱਖ ਪ੍ਰਾਂਤਾਂ ਦੇ ਨੇ ਤੇ ਵੱਖ ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ, ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ। ਗਰਜ ਕੇ ਇਹ ਸਾਰੇ ਭਗਤ ਵੱਖ ਵੱਖ ਨਾਮਾਂ ਨੂੰ ਜਪਦੇ ਨੇ, ਵੱਖ ਵੱਖ ਬੋਲੀਆਂ ਬੋਲਦੇ ਨੇ, ਵੱਖ ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗਜੀਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਿਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆਂ ਵਿੱਚ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆਂ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ। ਤੋ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ ਚ ਅੱਲਾ ਦੇ ਗੀਤ ਹੋਣ, ਜਿਹਦੇ ਚ ਰਾਮ ਦੀ ਧੁਨ ਹੋਵੇ, ਜਿਹਦੇ ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ ਚ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਹੋਵੇ, ਜਿਹਦੇ ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਤਾਂ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਵਿੱਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ, ਭਗਤ ਦੀ
ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਕਸ਼ਮ ਸੋਚਣੀ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ। ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫ਼ਾ ਦੇਖਣ ਦੇ ਆਉਂਦਾ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗੇ ਆ ਸੰਕੋਚ ਨਹੀਂ ਕਰਦੇ, ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ, ਚੋਟ ਪਹੁੰਚਾਉਣ ਤੋਂ ਬਾਜ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ 'ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ, ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਨਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਬਹਾਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ, ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ, ਕੀ ਕਰੀਏ ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ, ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ, ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ, ਸੇਵਾ ਕਰਨਾ। ਧੰਦਾ ਸੇਵਾ ਬਣ ਸਕਦਾ, ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਹਾ, ਜਗਤ ਦਾ ਨੰਗੇਜ ਢਕਣਾ ਹੈ, ਜਗਤ ਦੇ ਪੈਰਾਂ 'ਚ ਜੁੱਤੀ ਪਵਾਣੀ ਹੈ, ਜਗਤ ਨੂੰ ਸੁੱਖ ਦੇਣੇ ਨੇ, ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ, ਤੋ ਧੰਦਾ ਵੀ ਧਰਮ ਬਣ ਜਾਂਦਾ ਹੈ। ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਚੋਟ ਪਹੁੰਚੇ ਤੋ ਐਸਾ ਧਰਮ ਦੀ ਵਾਸਤਵਿਕ ਧੰਦਾ ਹੈ, ਉਹਦੇ 'ਚ ਧੰਦੇ ਦੀ ਜੋ ਹੈ ਬਦਬੋ ਹੈ। ਭਗਤ ਸਦਨਾ ਜੀ ਧੰਦਿਆਂ ਦੇ 'ਚੋਂ ਬੜਾ ਕਠੋਰ ਧੰਦਾ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ 2-4 ਬੱਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ, ਪਰ ਕਮਾਲ ਦੀ ਗੱਲ ਇਸ ਧੰਦੇ ਦੇ 'ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ। ਆਪਣੇ ਸਿੰਧ ਪ੍ਰਾਂਤ ਦੇ 'ਚ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਖੁਦਾ ਦੇ ਨਾਲ ਜੋੜਿਆ, ਜੀਵਾਂ ਨੂੰ ਪਰਮਾਤਮਾ ਦੀ ਧੁੰਦ ਦੇ ਨਾਲ ਜੋੜਿਆ। ਜਦ ਇੱਕ ਫੁੱਲ ਖਿੜ ਪੈਂਦਾ ਹੈ ਮਹਿਕ ਵੰਡਣ ਲੱਗ ਪੈਂਦਾ ਹੈ, ਜਦ ਇੱਕ ਦੀਵਾ ਜਲ ਪੈਂਦਾ ਹੈ ਰੋਸ਼ਨੀ ਵੰਡਣ ਲੱਗ ਪੈਂਦਾ ਹੈ, ਜਦ ਕਿਸੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਹੈ ਉਹ ਚਾਨਣਾ ਵੰਡਣ ਲੱਗ ਪੈਂਦਾ ਹੈ, ਉਹ ਸੁੱਖ ਚੈਨ ਵੰਡਣ ਲੱਗ ਪੈਂਦਾ ਹੈ, ਉਹ ਆਨੰਦ ਵੰਡਣ ਲੱਗ ਪੈਂਦਾ ਹੈ। ਔਰ ਇਹ ਵੰਡਣਾ ਉਸ ਤੋਂ ਸੁਤੇ ਸੁਤ ਆਉਂਦਾ ਹੈ, ਆਪਣੇ ਆਪ ਹੁੰਦਾ ਹੈ। ਜੈਸੇ ਫੁੱਲ ਦੇ 'ਚੋਂ ਸੁਗੰਧੀ ਦਾ ਨਿਕਲਣਾ, ਦਰਅਸਲ ਉਸ ਵਿੱਚ ਮਹਿਕ ਦਾ ਅਧਿਕ ਹੋਣਾ ਹੈ।
ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ। ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ, ਇਤਨਾ ਗੁਣਾ ਨਾਲ ਭਰ ਜਾਂਦਾ ਹੈ, ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ। ਸਜਣਾ ਜੀ, ਭਗਤੀ ਭਾਵ ਵਿੱਚ ਐਸੇ ਲੀਨ ਹੋਏ ਔਰ ਅਧਿਆਤਮਕ ਗੁਣਾ ਨਾਲ ਐਸੇ ਭਰਪੂਰ ਹੋਏ, ਥਾਂ ਥਾਂ ਤੇ ਭਰਮਣ ਕਰਕੇ ਇਹਨਾਂ ਹੀ ਗੁਣਾਂ ਨੂੰ ਵੰਡਦੇ ਰਹੇ, ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ। ਅਨੇਕਾਂ ਭਗਤਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਇਹ ਸਦਨਾ ਕਸਾਈ ਪੇਸ਼ੇ ਵਿੱਚ ਇਹ ਵੀ ਭਗਤ ਹੈ, ਇਸਦਾ ਵੀ ਕਲਾਮ ਹੈ ਔਰ ਇਸਦਾ ਕਲਾਮ ਵੀ ਰਹਿੰਦੀ ਦੁਨੀਆਂ ਤੱਕ ਅਧਿਆਤਮਕ ਸ਼ਾਂਤੀ ਵੰਡਦਾ ਰਹੇਗਾ।